ਸਬਸਕ੍ਰਾਈਬ ਕਰੋ ਦਿਵਿਆ ਪੰਜਾਬ ਟੀਵੀ ਅਤੇ ਬੈਲ ਆਈਕਨ ਨੂੰ ਪ੍ਰੈਸ ਕਰੋ ਨਵੀਆਂ ਅਤੇ ਤਾਜ਼ੀਆਂ ਖਬਰਾਂ ਵੇਖਣ ਲਈ। ਭੁਲੱਥ ਚ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦਾ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ। ਅਧਿਆਪਕਾਂ ਦੇ ਬੀਤੇ ਦਿਨੇ ਹੋਏ ਤਸ਼ੱਦਦ ਦੇ ਵਿਰੋਧ ਦੇ ਵਿੱਚ ਅੱਜ ਅਧਿਆਪਕ ਸੰਘਰਸ਼ ਕਮੇਟੀ ਦੀ ਬਲਾਕ ਭੁਲੱਥ ਇਕਾਈ ਦੇ ਵੱਲੋਂ ਅੱਜ ਥਾਣਾ ਚੌਂਕ ਭੁਲੱਥ ਦੇ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦਾ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ। ਮੁਜ਼ਾਹਰੇ ਤੋਂ ਪਹਿਲਾਂ 250 ਦੇ ਕਰੀਬ ਅਧਿਆਪਕ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਦਫ਼ਤਰ ਦੇ ਬਾਹਰ ਇਕੱਠੇ ਹੋਏ, ਜਿੱਥੇ ਅਧਿਆਪਕਾਂ ਦੇ ਵੱਲੋਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਦੇ ਬਾਹਰ ਇਕੱਤਰ ਹੋਇਆ ਅਧਿਆਪਕਾਂ ਦਾ ਕਾਫਲਾ ਰੋਸ ਮਾਰਚ ਕਰਦਾ ਹੋਇਆ ਭੁਲੱਥ ਦੇ ਖੱਸਣ ਰੋਡ ਬਾਈਪਾਸ ਤੋਂ ਹੁੰਦਾ ਹੋਇਆ ਨਡਾਲਾ ਅੱਡੇ ਤੇ ਪੁੱਜਾ, ਜਿੱਥੇ ਦੇ ਅਧਿਆਪਕ ਸਰਕਾਰ ਦੇ ਸਿੱਖਿਆ ਸਕੱਤਰ ਖਿਲਾਫ ਨਾਅਰੇਬਾਜ਼ੀ ਕਰਦੇ ਹੋਏ ਭੁਲੱਥ ਦੇ ਥਾਣਾ ਚੌਂਕ ਦੇ ਵਿੱਚ ਪਹੁੰਚੇ, ਜਿੱਥੇ ਅਧਿਆਪਕਾਂ ਦੇ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੀ ਅਰਥੀ ਫੂਕੀ ਗਈ ਤੇ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਤੇ ਸੰਬੋਧਨ ਕਰਦਿਆਂ ਰੋਸ਼ਨ ਲਾਲ ਤੇ ਸਰਤਾਜ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਵੱਲੋਂ ਪਟਿਆਲੇ ਦੇ ਵਿੱਚ ਅਧਿਆਪਕਾਂ ਤੇ ਕੀਤੇ ਗਏ ਤਸ਼ੱਦਦ ਦੀ ਅਸੀਂ ਸਖ਼ਤ ਸ਼ਬਦਾਂ ਦੇ ਵਿੱਚ ਨਿਖੇਧੀ ਕਰਦੇ ਹਾਂ। ਉਹਨਾਂ ਮੰਗ ਕੀਤੀ ਕਿ SSA ਦੇ ਰਮਸਾ ਅਧਿਆਪਕਾਂ ਸਮੇਤ ਹੋਰ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ, ਪੁਰਾਣੀ ਪੈਨਸ਼ਨ ਸਕੀਮ ਜਿਹੜੀ ਬੰਦ ਕੀਤੀ ਗਈ ਹੈ ਉਸ ਨੂੰ ਲਾਗੂ ਕੀਤਾ ਜਾਵੇ, DA ਦੀ 6% ਦਿੱਤੀ ਗਈ ਕਿਸ਼ਤ ਨੂੰ ਬੰਦ ਕਰਕੇ ਪੂਰੀ 20% ਕਿਸ਼ਤ ਦਿੱਤੀ ਜਾਵੇ। ਉਹਨਾਂ ਹੋਰ ਕਿਹਾ ਕਿ ਜੇਕਰ ਅਧਿਆਪਕਾਂ ਦੀਆਂ ਜਾਇਜ਼ ਮੰਗਾਂ ਤੇ ਗੌਰ ਨਾ ਕੀਤਾ ਗਿਆ ਤਾਂ ਇਹ ਸੰਘਰਸ਼ ਹੋਰ ਤਿੱਖਾ ਕਰ ਦਿੱਤਾ ਜਾਵੇਗਾ। ਆਗੂਆਂ ਨੇ ਸੱਦਾ ਦਿੱਤਾ ਕਿ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੇ ਪ੍ਰੋਜੈਕਟ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਦਾ ਪੂਰਨ ਰੂਪ ਦੇ ਵਿੱਚ ਬਾਈਕਾਟ ਕੀਤਾ ਜਾਵੇ ਤੇ ਜੇਕਰ ਕੋਈ ਸਿੱਖਿਆ ਅਧਿਕਾਰੀ ਵੀ ਅਧਿਆਪਕਾਂ ਨੂੰ ਤੰਗ ਪ੍ਰਚਾਰ ਕਰੇਗਾ ਤਾਂ ਉਸ ਨਾਲ ਵੀ ਸਖ਼ਤੀ ਦੇ ਨਾਲ ਨਜਿੱਠਿਆ ਜਾਵੇਗਾ। ਅੱਜ ਅਧਿਆਪਕ ਸੰਘਰਸ਼ ਕਮੇਟੀ ਵੱਲੋਂ ਬਲਾਕ ਭੁਲੱਥ ਦੇ ਵਿੱਚ ਅਧਿਆਪਕ ਇਕੱਠੇ ਹੋ ਕੇ ਅਸੀਂ ਸਾਰਿਆਂ ਨੇ ਇੱਥੇ ਪਹਿਲਾਂ ਰੋਸ ਮੁਜ਼ਾਹਰਾ ਕੀਤਾ ਆ BPO ਦਫ਼ਤਰ ਭੁਲੱਥ ਦੇ ਵਿੱਚ, ਉਸ ਤੋਂ ਬਾਅਦ ਜਿਹੜਾ ਬਾਜ਼ਾਰਾਂ ਦੇ ਵਿੱਚੋਂ ਘੁੰਮਦੇ ਹੋਏ ਅਸੀਂ ਔਰ ਅਰਥੀ ਫੂਕੀ ਆ ਚੌਂਕ ਦੇ ਵਿੱਚ ਮੇਨ ਭੁਲੱਥ ਬਾਜ਼ਾਰ ਦੇ ਵਿੱਚ, ਇਹ ਸਿਰਫ ਜਿਹੜੀਆਂ ਸਾਡੇ ਹੱਕੀ ਮੰਗਾਂ ਆ ਉਹਨਾਂ ਦੇ ਲਈ ਕੀਤਾ ਗਿਆ ਜੋ ਕੈਪਟਨ ਸਰਕਾਰ ਮੁਕਰ ਰਹੀ ਹੈ, ਜਿੱਥੇ 10 ਤਰੀਕ ਨੂੰ ਇਹਨਾਂ ਨੇ ਸਾਡੇ ਅਧਿਆਪਕਾਂ ਦੇ ਉੱਤੇ ਅੰਨਾ ਤਸ਼ੱਦਦ ਕੀਤਾ ਉਸ ਦੇ ਰੋਸ ਵਜੋਂ ਅਸੀਂ ਅੱਜ ਅਰਥੀ ਫੂਕ ਮੁਜ਼ਾਹਰਾ ਕੀਤਾ। ਅੱਜ ਦਾ ਜਿਹੜਾ ਧਰਨਾ ਦਿੱਤਾ ਗਿਆ ਰੋਸ ਧਰਨਾ, ਇਹ ਪਟਿਆਲੇ ਵਿਖੇ ਜਿਹੜਾ ਨਜਾਇਜ਼ SP DC ਵੱਲੋਂ ਕੈਪਟਨ ਸਰਕਾਰ ਵੱਲੋਂ ਅਧਿਆਪਕਾਂ ਦੇ ਉੱਤੇ ਕੀਤਾ ਗਿਆ ਤਸ਼ੱਦਦ ਉਹਦੇ ਰੋਸ ਵਜੋਂ ਕੀਤਾ ਜਾ ਰਿਹਾ ਹੈ। ਬਹੁਤ ਹੀ ਮਾੜੀ ਘਟਨਾ ਹੈ ਵੀ ਸਾਡੀਆਂ ਧੀਆਂ ਭੈਣਾਂ ਨੂੰ ਬਖਸ਼ਿਆ ਗਿਆ, ਛੋਟੇ ਬੱਚੇ 8 ਸਾਲ ਤੱਕ ਦੇ ਬੱਚੇ ਨੂੰ ਬਖਸ਼ਿਆ ਗਿਆ, ਇਹ ਰੋਸ ਹੈ ਲੋਕਾਂ ਵਿੱਚ। ਅਜੇ ਤੱਕ DA ਪ੍ਰਾਪਤ ਨਹੀਂ ਹੋਇਆ, ਕੋਈ ਵਰਦੀਆਂ ਪ੍ਰਾਪਤ ਨਹੀਂ ਹੋਇਆ, ਸਾਰਾ ਸਿਆਲ ਲੰਘ ਰਿਹਾ। ਉਸ ਤੋਂ ਬਾਅਦ 8-8 ਮਹੀਨੇ ਤੋਂ ਤਨਖਾਹਾਂ ਤੋਂ ਲੋਕ ਵਾਂਝੇ ਹਨ, ਉਹ ਵੀ ਤਨਖਾਹਾਂ ਨੂੰ ਤਰਸ ਰਹੇ ਹਨ। ਅਖੀਰ ਲੋਕਾਂ ਦੇ ਸੈਂਕੜੇ ਲੋਕ ਜਿਹੜੇ ਕਰਜ਼ੇ ਦੀ ਮਾਰ ਹੇਠ ਦੱਬੇ ਹਨ, ਕਰਜ਼ੇ ਤੋਂ ਨਿਜਾਤ ਨਹੀਂ ਦਵਾਈ ਜਾ ਰਹੀ। ਸਾਰਾ ਵਰਗ 2 ਸਾਲ ਤੋਂ ਕੈਪਟਨ ਸਰਕਾਰ ਤੋਂ ਦੁਖੀ ਹੈ, ਉਸੇ ਰੋਜ਼ ਵਜੋਂ ਹੀ ਧਰਨੇ ਮੁਜ਼ਾਹਰੇ ਦਿੱਤੇ ਜਾ ਰਹੇ ਹਨ। ਇਸ ਤੋਂ ਇਲਾਵਾ ਕਰੋੜਾਂ ਰੁਪਈਏ ਸਟੇਜਾਂ 'ਤੇ ਲਾਏ ਜਾ ਰਹੇ ਹਨ ਵੀ ਅੱਜ ਕਰਜ਼ਾ ਮਾਫੀ ਹੈ, ਪਰ ਉਹਨਾਂ ਨਹੀਂ ਵੀ ਕਿਸਾਨਾਂ ਗਰੀਬਾਂ ਨੂੰ ਜਾਂ ਗਰੀਬ ਬੱਚਿਆਂ ਨੂੰ ਵਰਦੀ ਦਿੱਤੀ ਜਾਵੇ। ਅਧਿਆਪਕ ਸੰਘਰਸ਼ ਕਮੇਟੀ ਜਿਹੜੀ ਹੈ ਪੂਰੇ ਪੰਜਾਬ ਵਿੱਚ ਜਿਹੜਾ 10 ਤਰੀਕ ਨੂੰ ਪਟਿਆਲਾ ਵਿਖੇ ਤਸ਼ੱਦਦ ਕੀਤਾ ਗਿਆ ਸੀ ਉਸ ਦੇ ਰੋਸ ਵਜੋਂ ਪੂਰੇ ਪੰਜਾਬ ਵਿੱਚ 217 ਬਲਾਕ ਨੇ ਪੂਰੇ ਪੰਜਾਬ ਵਿੱਚ ਹਰ ਜਗ੍ਹਾ ਉੱਤੇ ਇਸੇ ਚੀਜ਼ ਦੇ ਇਸੇ ਰੋਸ ਵਜੋਂ ਧਰਨੇ ਕੀਤੇ ਜਾ ਰਹੇ ਨੇ। ਕਪੂਰਥਲਾ ਤੋਂ ਕਸ਼ਮੀਰ ਸਿੰਘ ਭੰਡਾਲ ਦੀ ਰਿਪੋਰਟ, ਦਿਵਿਆ ਪੰਜਾਬ TV।